ਪਤਾ ਹੈ ਕਿ ਉਹ ਬਣਾ ਲਵਿਆ ਵੀ ਚਲੋ ਮੈਂ ਇੱਥੇ ਵੋਟ ਦੇਂਦਾ ਪਿਆ ਨਹੀਂ ਸਹੀ ਹੈ, ਇੱਕ ਹੋਰ ਤਸੱਲੀ ਕਰ ਲਵਿਆ ਵੀ ਜਿਹੜੀ ਪਾਰਟੀ ਨੂੰ ਅਸੀਂ ਵੋਟ ਦੇਊ ਹੈ ਇਹਨੂੰ ਪਤਾ ਹੈ ਵੀ ਜਮਲੇਰਾ ਕਿੱਥੇ, ਉਹਨੂੰ ਪਤਾ ਹੈ ਸੌਦਾ ਕਿੱਥੇ, ਉਹਨੂੰ ਪਤਾ ਹੈ ਲੁੱਟਣ ਕਿਹੜੇ ਪਾਸੇ, ਜਾਂ ਜਿਹੜਾ ਹਾਜਾ ਬਹਾਦੀ ਸ਼ਹਿਰ ਕਿਤੇ, ਜਾਂ ਕੱਚੀ ਪੱਕੀ ਜਾਂ ਕਬੂਲਾ ਕਿਤੇ, ਜੇ ਉਹਨੂੰ ਇਹ ਵੀ ਪਤਾ ਹੋਵੇ ਤੇ ਬਲਕਿ ਕੋਈ ਇੱਕ ਜਣਾ ਇੱਕ ਸਾਰਾ ਇਲਾਕਾ ਇਕੱਠਾ ਹੋ ਤੇ ਨਾ ਇੱਕ ਬੰਦੇ ਦੀ ਬਾਹਰ ਕਰਤੇ, ਜਿਹੜਾ ਅੱਜ ਦੇ ਤੁਹਾਨੂੰ ਇਤਬਾਰ ਹੋਵੇ, ਜਿਹੜਾ ਸੱਚਾ ਬੰਦਾ ਹੋਵੇ, ਆਪਾਂ ਕਹਿੰਦੇ ਕੂੜੇ ਵੀ ਹੈ, ਜਿਹੜਾ ਸੱਚਾ ਬੰਦਾ ਹੋਵੇ, ਜਿਹੜਾ ਹੱਕ ਦੀ ਗੱਲ ਕਰਦਾ ਹੋਵੇ, ਉਹਨੂੰ ਉਸ ਪਾਰਟੀ ਵਾਲੇ ਲੀਡਰ ਬਣੇ ਗੱਲ ਦੇ ਲਿਆ, ਉਹਨੂੰ ਜਾ ਕੇ ਸਵਾਲ ਕਰ ਲਵਿਆ ਵੀ ਜਮਲੇਰਾ ਦੱਸ ਕਿਹੜੇ ਪਾਸੇ, ਜ਼ਿਲ੍ਹਾ ਕਿਹੜਾ ਹੈ, ਜ਼ਿਲ੍ਹਾ ਕਿਹੜੇ, ਤੈਨੂੰ ਪਾਸਾ ਵੀ ਨਾ ਦੱਸੇ, ਜ਼ਿਲ੍ਹਾ ਦੱਸੇ ਤਾਂ ਵੀ ਜਮਲੇਰਾ ਕਿਹੜੇ ਜ਼ਿਲ੍ਹੇ 'ਚ, ਜੇ ਤਾਂ ਉਹ ਜਾਵੇ ਸਿਆਣ ਤੇ ਮੁੜ ਉਹਨੂੰ ਵੋਟ ਦੇਵੇ ਤੇ ਖੁਦਾਰਾ, ਅਗਰ ਇਹਨਾਂ ਦੋਵਾਂ ਗੱਲਾਂ ਦੀ ਪਹਿਚਾਣ ਤੇ ਸਿਆਣ ਨਾ ਹੋਵੇ ਤੇ ਐਵੇਂ ਫਜ਼ੂਲ ਦੇ ਤੇ ਐਵੇਂ ਉਹ ਕੀ ਉਹ ਚੱਲੀ ਦੇ ਮਗਰ ਪੱਲੀ ਕਰਦੇ ਤੇ ਐਵੇਂ ਮਗਰ ਨਾ ਲੱਗ ਜਾਵੇ ਐ ਕਿ ਐਵੇਂ ਨਾਰੇ, ਮੈਂ ਦੱਸਦਾ ਵੀ ਕਈ ਬੰਦੇ ਆਪਣੇ ਜਿਹੜੇ ਨਾ ਉਹ ਐਵੇਂ ਬੱਜੀ ਜਾਂਦੀ ਲਾਰੀ ਤੇ ਚੜ ਜਾਂਦੇ, ਉਹਨਾਂ ਨਹੀਂ ਪਤਾ ਵੀ ਜਾਂਦੀ ਕਿਤੇ ਪਈ ਹੈ, ਬਈ ਇਹਦੇ ਕੋਈ ਮੰਜ਼ਿਲ ਵੀ ਹੈ, ਕੋਈ ਰਾਹ ਵੀ ਹੈ, ਇੱਕ ਦਾਉਂਦੇ ਪੈਣੀ ਵੀ ਜਿਹੜੀ ਦਰ ਦਿੱਤੀ ਹੈ ਜਾਂਦੀ ਵੀ ਕਾਹ ਲਾਉਣ ਦੇ ਵਿੱਚ ਹੋ ਜਾਓ, ਮੰਜ਼ਿਲਾਂ ਤੇ ਪਹੁੰਚੋ ਔਰ ਅੱਲਾਹ ਤੁਹਾਨੂੰ ਔਰ ਸਾਨੂੰ ਇਸ ਮੁਲਕ ਨੂੰ ਕਾਮਯਾਬੀ ਦੀ ਮੰਜ਼ਿਲਾਂ ਤੇ ਪਹੁੰਚਾਵੇ ਔਰ ਅਛਾਈ ਔਰ ਸੱਚਾਈ ਦੀ ਮੰਜ਼ਿਲਾਂ ਤੇ ਪਹੁੰਚਾਵੇ ਔਰ ਨਬੀ ਕਰੀਮ ਸੱਲਮ ਦੇ ਅਸਲ ਉਸਵਾ ਹੁਸਨਾ ਤੇ ਚਲਾਵੇ ਔਰ ਆਪ ਦੇ ਇਖਲਾਕਿਆਤ ਦੀ ਸਮਝ ਅਦਾ ਕਰੇ, ਤੇ ਬੈਠੇ ਬੈਠੇ ਵਿਹਲੇ ਬੈਠੇ ਹੋਵੋ ਤੇ ਹੋਰ ਕੁਝ ਨਾ ਹੋਵੇ ਤਾਂ ਸਰਕਾਰ ਦੀ ਖਿਦਮਤ ਵਿੱਚ ਨਜ਼ਰਾਨਾ ਪੇਸ਼ ਕਰਨ ਵਾਸਤੇ ਦਰੂਦ ਸ਼ਰੀਫ ਪੜ੍ਹ ਲਿਆ ਕਰੋ, ਹੁਣ ਵੀ ਇੱਕ ਵਾਰੀ ਪੜ੍ਹ ਲਓ। मैं ना रात का मेरी सुनिए तो मैं मेरी छोटी का हो गया थी तो मुसीबत से बचे यहाँ के मैं एक तो थोड़ी सी चलाई करने आज एक मेरा आज सब साथ में चलेंगे आके भी आज सर कर लेंगे हो गया हो जाओ बेटा कर लेंगे तो बड़ा मेरा और चार दिन तो नहीं बिजल को हो गया था ना क्या ਇਹ ਦੋ ਤਰੀਕਿਆਂ ਨਾਲ ਆਪਣੀ ਸਮਝ ਵਿੱਚ ਇਜ਼ਾਫਾ ਹੋ ਸੀ, ਦਰੂਸ਼ਰੀ ਪੜ੍ਹੇ ਰੱਖਿਆ ਜਿਸਲ ਵੇਲਾ ਬੈਠਾ ਹੋਇਆ ਜਿਸਲ ਫੁਰਸਤ ਹੋਈ ਦਰੂਸ਼ਰੀ ਪੜ੍ਹ ਲਿਆ, ਵੱਧ ਚ ਕੀਤਾ ਦਰੂਸ਼ਰੀ ਹੋਇਆ ਪੜ੍ਹ ਲਿਆ, ਤੇ ਇਹਦੇ ਨਾਲ ਵੀ ਅੱਲਾਹ ਪਾਕ ਦਿਮਾਗ ਖੋਲ ਸੀ, ਸਹੀ ਦੀ ਸਮਝ ਅਤਾ ਕਰ ਸੀ, ਸਹੀ ਪਾਸਾ ਰੁੱਖ ਸਹੀ ਪਾਸੇ ਮੁੜ ਗਿਆ ਸੀ, ਤੇ ਜਿਹਨਾਂ ਦੇ ਵਾਲਦੈਨ ਹਯਾਤ ਹੈ ਉਹ ਮਾਂ ਬਾਪ ਦੇ ਪੈਰ ਚੁੱਕਣਾ ਸ਼ੁਰੂ ਕਰ ਦਿੰਦੇ ਆ, ਉਹਦੇ ਨਾਲ ਵੀ ਸਹੀ ਦੀ ਸਮਝ ਹੋ ਸੀ, ਨਹੀਂ ਤਾਂ ਬੁੱਲੀ ਤਾਂ ਕਈ ਪੈ ਮੰਨਿਆ ਹੋ ਸਕਦਾ, ਬੁੱਲੀ ਤਾਂ ਰੱਗੂ ਪਏ ਡੋਲੇ ਤੇ ਰਾਜ ਪਿਆ ਕਿ ਮੈਨੂੰ ਡੋਲੇ ਛੋਲੇ ਆਉਂਦੇ ਰਹਿੰਦੇ ਜਿਵੇਂ ਆਉਂਦੇ ਬਣੇ ਜਿਵੇਂ ਡੋਲੇ ਆ ਗਏ ਡੋਲੇ ਆ ਕੀ ਰੱਖੇ ਤਸ਼ਰੀਫ ਲਿਆਏ ਔਰ ਅਗਰ ਇਲੈਕਸ਼ਨ ਐਲਾਨ ਹੁੰਦਾ ਇਨਸ਼ਾਅੱਲਾ ਤਾਲਾ ਸ਼ਾਇਦ ਮੈਂ ਆਪ ਜਿਹੜਾ ਹੈ ਤੁਹਾਡੇ ਇਸ ਇਲਾਕੇ ਚ ਤੁਹਾਡੇ ਇਸ ਏਰੀਆ ਦੇ ਵਿੱਚ ਤੁਹਾਡੀ ਮਿਹਰਬਾਨੀ ਨਾਲ ਮੈਨੂੰ ਇੱਕ ਵੋਟ ਵੀ ਦੇ ਜਾ ਤਾਂ ਮੈਂ ਤਾਂ ਵੀ ਸਿਰ ਰੱਖੀ ਤੇ ਰੱਖਾਂ, ਮੈਨੂੰ ਕੋਈ ਜਲਦੀ ਤੇ ਕੋਈ ਪਹੁੰਚਣ ਦੀ ਕਿਰਿਆ ਵਿੱਚ ਆਉਣ ਦੇ ਪਾਇਸ਼ ਨਹੀਂ ਹੈ, ਤੁਹਾਡੀ ਖਿਦਮਤ ਕਰਨ ਦੀ ਪਾਇਸ਼ ਹੈ, ਜਿਸ ਤੁਹਾਡੇ ਦਿਲ ਦੇ ਵਿੱਚ ਖਿਦਮਤ ਲਵਣ ਦੀ ਪਾਇਸ਼ ਪੈਦਾ ਹੋ ਗਈ, ਉਸ ਵੇਲੇ ਮੈਂ ਇਸ ਕਾਬਿਲ ਬਣ ਗਿਆ ਸਾਂ ਕਿ ਮੈਂ ਤੁਹਾਡੇ ਵਾਸਤੇ ਔਰ ਇਸ ਇਲਾਕੇ ਵਾਸਤੇ ਕੁਝ ਕਰ ਸਕਾਂ, ਬਹੁਤ ਸ਼ੁਕਰੀਆ, ਬਾਰ ਬਾਰ ਸ਼ੁਕਰੀਆ, ਬੜੀ ਮਿਹਰਬਾਨੀ, ਰਾਜ਼ੀ ਰਹੋ, ਇਹ ਜਿਹੜਾ ਮੇਰਾ ਪੈਗਾਮ ਹੈ, ਇਹ ਜਿਹੜੀ ਮੇਰੀ ਗੱਲ ਹੈ, ਘਰ ਬੈਠੇ ਆ ਧੀਆਂ ਭੈਣਾਂ ਤਾਂ ਵੀ ਉਪਰਾਵਿਆ ਹੈ, ਉਹਨਾਂ ਨੂੰ ਵੀ ਦੱਸਿਆ ਵੀ ਹਕਾਇਕ ਕੀ ਹੈ, ਹਕੀਕਤ ਕੀ ਹੈ, ਸੁਰਤਿਆਲ ਕੀ ਹੈ, ਔਰ ਜਿਹੜੇ ਇਹ ਵੀਡੀਓਜ਼ ਆ ਰਹੇ ਹਨ ਇਹ ਵੀ ਆਪਦੇ ਦੋਸਤਾਂ ਦੇ ਵਿੱਚ ਸ਼ੇਅਰ ਕਰਨ, ਤੇ ਤਵੱਕੂ ਇਹ ਹੈ ਕਿ ਇਸ ਇਲਾਕੇ ਚ ਲੋਕ ਮਿਹਰਬਾਨੀ ਕਰਦੇ ਨੇ, ਅੱਲਾਹ ਤਾਲਾ ਕਰਮ ਕਰ ਸੀ, ਬਾਕੀ ਜੋ ਵੀ ਰੱਬ ਨੂੰ ਮਨਜ਼ੂਰ ਅਸੀਂ ਹਰ ਹਾਲ ਚ ਖੁਸ਼ ਹੈ, ਸ਼ੁਕਰੀਆ, ਇਹ ਪੰਪ ਦਾ ਇਫਤਾਰ ਚੰਦ ਲੋਕ ਇੱਥੇ ਹਜ਼ਰਾਤ ਆਤੇ ਆ ਰਹੇ ਬੰਦੀ ਇਕੱਠ ਸੇ ਉਹਦੇ ਵਾਸਤੇ ਦੁਆ ਕਰ ਦੇਣਾ ਕਿ ਚਲੋ ਇਹ ਜਿਹੜਾ ਮੇਰਾ ਗੁਰਸ ਕੇ ਅੱਲਾਹ ਪਾਕ ਦੇ ਬਰਕਤ ਥੋੜੀ ਘੜੀ ਪਾਈ ਰੱਖੇ ਤੇ ਮੈਂ ਤਾਂ ਕਿ ਮੇਰਾ ਇਮਾਨ ਸਲਾਮਤ ਰਵੇ ਔਰ ਹਲਾਲ ਰਿਜ਼ਕ ਤੇ ਰਵੇ ਔਰ ਤੁਹਾਡੀ ਨੌਕਰੀ ਤੇ ਰਵੇ, ਬਹੁਤ ਸ਼ੁਕਰੀਆ ਸਾਰੇ, ਤੇ ਲੰਗਰ ਸਾਰੇ ਹਜ਼ਰਾਤ ਵਾਸਤੇ ਅਸੀਂ ਕੋਈ ਛੋਟਾ ਮੋਟਾ ਆਦੀ ਅਸੀਅਤ ਦੇ ਤਹਿਤ ਤੁਹਾਡੀ ਖਿਦਮਤ ਕਰਨ ਵਾਸਤੇ ਵਿਚਾਰ ਕੀਤਾ ਹੈ, ਸਾਰੇ ਹਜ਼ਰਾਤ ਨੂੰ ਬਚਣ ਦੀ ਲੋੜ ਨਹੀਂ ਹੈ, ਅਗਾਂ ਪਿੱਛੇ ਜਾਣ ਦੀ ਲੋੜ ਨਹੀਂ, ਜਿੱਥੇ ਜਿੱਥੇ ਬੈਠੇ ਨੇ ਉੱਥੋਂ ਤੁਹਾਡੀ ਖਿਦਮਤ ਵਿੱਚ ਸਾਡੇ ਸਾਥੀ ਪੇਸ਼ ਕਰਦੇ ਸੇ ਉਹ ਖਾ ਤੇ ਮੁੜ ਜਿਹੜੇ ਸੇ ਬਾਅਦ ਜਾਣਾ ਚਾਹਵਣ ਨੂੰ ਇਜਾਜ਼ਤ ਦੇ, ਕਿਸੇ ਸਾਹਿਬ ਨੂੰ ਮੇਰੀ ਕਿਸੇ ਗੱਲ ਨਾਲ ਦਿਲ ਅਦਾਰੀ ਹੋਈ ਹੋਵੇ, ਕੋਈ ਗੱਲ ਨਾ ਪਸੰਦ ਆਈ ਹੋਈ, ਮੈਂ ਤੁਹਾਡੇ ਮਾਫੀ ਚਾਹਨਾ, ਲੇਕਿਨ ਇਹ ਹਕੀਕਤ ਹੈ ਜਿਹੜੀ ਮੈਂ ਚਾਹਨਾ ਕਿ ਮੇਰੇ ਲੋਕ ਜਾਣੇ ਔਰ ਉਹਨਾਂ ਨੂੰ ਪਤਾ ਲੱਗੇ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ।